कार को समानी आप अपन किया मान का अपे ही फिर जाप Thank you.
अंतर अरदास सुनी दातार शिष्टर लेगो कंठ लवाए अपदा सब भर नानक नाम त्याए प्रभु का सतगुरु कर वाहेगुरु जगत जन
ਤੇਰੇ ਤਤ ਗਿਆਨ ਦੇਵਣ ਵਾਲਾ ਸਾਬਿਤ ਜਾਣੈ ਗੁਰਮੁਖ ਪਾਈਐ ਨਾਮ ਨਿਦਾਨ ਸਤਿਗੁਰ ਭੇਟੇ ਕੀ ਵਡਿਆਈ ਜਿਨ ਮਮਤਾ ਅਗਨ ਤ੍ਰਿਸ਼ਨਾ ਬਜਾਈ ਸਹਿਜੇ ਮਾਤਾ ਹਰ ਗੁਣ ਗਾਈ ਬਿਨ ਗੁਰ ਪੂਰੇ ਕੋਈ ਨਾ ਜਾਣੀ ਮਾਇਆ ਮੋਹ ਦੂਜੈ ਲੋਹਾਣੀ ਗੁਰਮੁਖ ਨਾਮ ਮਿਲੈ ਹਰ ਬਾਣੀ ਨੇਤਰਾਂ ਦੇ ਨਾਲ ਗੁਰੂ ਸਰੂਪ ਦੇ ਦਰਸ਼ਨ ਕਰੋ, ਰਸਨਾਂ ਦੇ ਨਾਲ ਗੁਰੂ ਸ਼ਬਦ ਦੇ ਅੰਦਰ ਬੋਲੋ, ਗੱਜ ਵੱਜ ਕੇ ਬੁੱਧੀ ਦੇ ਨਾਲ ਵਿਚਾਰ ਕਰੋ, ਹਿਰਦੇ ਵਿੱਚ ਵਿਸ਼ਵਾਸ ਲਿਆ ਕੇ ਗੁਰੂ ਦੀ ਬਾਣੀ ਨੂੰ ਮੰਨਣ ਦਾ ਯਤਨ ਕਰੋ, ਕਮਾਉਣ ਦਾ ਯਤਨ ਕਰੋ। ਜਦੋਂ ਅਸੀਂ ਇਸ ਤਰ੍ਹਾਂ ਬਾਣੀ ਪੜ੍ਹਾਂਗੇ, ਸੁਣਾਂਗੇ, ਵਿਚਾਰਾਂਗੇ, ਮੰਨਾਂਗੇ ਅਤੇ ਕਮਾਵਾਂਗੇ, ਫਲ ਹੋਏਗਾ ਕਈ ਕੋਟਿਕ ਜਗ ਫਲਾ, ਸੁਣ ਗਾਵਣ ਹਾਰੇ ਰਾਮ। ਇਹ ਆਵਾਜ਼ ਠੀਕ ਕਰੋ, ਡਬਲਿੰਗ ਹੁੰਦੀ ਆ, ਔਰ ਇੱਧਰ ਨੂੰ ਕਰੋ ਥੋੜ੍ਹਾ ਜਿਹਾ, ਆਪੇ ਹੀ ਦੇਖ ਲਿਆ ਕਰੋ, ਇੱਧਰ ਆਪ ਹੀ ਦੇਖਿਆ ਕਰੋ, ਬੈਠਿਆ ਨਾ ਕਰੋ, ਅੱਖਾਂ ਮੀਟੀਆਂ ਚੈੱਕ ਕਰੋ, ਆਵਾਜ਼ ਡਬਲਿੰਗ ਹੋ ਰਹੀ ਹੈ। ਇਸ ਤਰ੍ਹਾਂ ਦੇ ਨਾਲ ਆਪ ਇੱਕ ਸਹਿਜ ਤਪ ਦੇ ਵਿੱਚ ਸ਼ਾਮਿਲ ਹੋਏ ਹੋਏ। ਜੇ ਕੋਈ ਬੰਦਾ ਗਰਮੀ ਵਿੱਚ ਬੈਠਾ, ਦੇਖਣ ਵਾਲੇ ਉਸਨੂੰ ਆਉਂਦੇ ਨੇ, ਬਹੁਤ ਗਰਮੀ ਹੈ, ਹਵਾ ਕੋਈ ਨਹੀਂ, ਅਤੇ ਤਪ ਕਰ ਰਿਹਾ, ਉਹਦੀ ਮਹਿਮਾ ਇੰਨੀ ਵੱਡੀ ਨਹੀਂ ਹੈ ਜਿੰਨੀ ਅਸੀਂ ਸਮਝਦੇ ਹਾਂ। ਪਰ ਸਤਸੰਗ ਦੇ ਵਿੱਚ ਹਰੀ ਜਸ ਵਿੱਚ ਬੈਠਣ ਵਾਲੀ ਦੀ ਮਹਿਮਾ ਦੇ ਬਾਰੇ ਕੋਈ ਜਾਣ ਨਹੀਂ ਸਕਦਾ, ਕਿਉਂ ਸਤਸੰਗ ਦੇ ਵਿੱਚ ਆ ਕੇ ਪਰਮੇਸ਼ੁਰ ਦੇ ਨਾਲ ਜੁੜਨ ਦਾ, ਉਸਦੇ ਗਿਆਨ ਦਾ ਸਾਨੂੰ ਅਵਸਰ ਪ੍ਰਾਪਤ ਹੁੰਦਾ ਹੈ। ਸੋ ਜਿਸ ਵਾਸਤੇ ਆਪ ਖੇਚਲ ਕਰਕੇ ਦੂਰ ਦਰਾਜ ਤੋਂ ਇਸ ਬੜੇ ਯੱਗ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਆਪ ਆਉਂਦੇ, ਜਦੋਂ ਗੁਰੂ ਮਹਾਰਾਜ ਦੇ ਨਾਲ ਜੁੜਾਂਗੇ, ਬਾਣੀ ਦੀ ਵਿਚਾਰ ਕਰਾਂਗੇ, ਉਸ ਵੇਲੇ ਸਾਨੂੰ ਵੀ ਉਹੀ ਰਸਤਾ ਮਿਲ ਜਾਂਦਾ ਹੈ ਜਿਨ੍ਹਾਂ 'ਤੇ ਚੱਲ ਕੇ, ਜਿਹੜੀ ਪੌੜੀ 'ਤੇ ਚੜ੍ਹ ਕੇ ਪਹਿਲੇ ਗੁਰਸਿੱਖ ਉੱਪਰ ਚੜ੍ਹੇ ਨੇ। ਇਹ ਹੋ ਨਹੀਂ ਸਕਦਾ ਵੀ ਹੁਣ ਪੌੜੀ ਬੰਦ ਹੋ ਗਈ, ਇਹ ਜੁਗਾਂ ਜੁਗਾਂਤਰਾਂ ਤੱਕ ਪੌੜੀ ਰਹਿਣੀ ਹੈ। ਡੰਡੇ ਫੜੋ, ਚੜ੍ਹਦੇ ਚਲੋ, ਆਹਿਸਤਾ ਆਹਿਸਤਾ ਉਹ ਮੰਜ਼ਿਲ ਆ ਜਾਏਗੀ ਜਿੱਥੇ ਅਸੀਂ ਪਹੁੰਚਣਾ। ਸੋ ਉਹਦੇ ਬਾਰੇ ਬਾਬਾਣੀਆਂ ਕਹਾਣੀਆਂ ਉੱਤ ਸਪੁੱਤ ਕਰੇ, ਜਦੋਂ ਅਸੀਂ ਆਪਣੇ ਪੂਰਨ ਮਹਾਂਪੁਰਖਾਂ ਦੀਆਂ, ਗੁਰਮੁਖਾਂ ਦੀਆਂ ਕਥਾਵਾਂ ਸਰਵਣ ਕਰਦੇ ਹਾਂ ਅਤੇ ਇਹ ਜਾਣਨ ਦਾ ਯਤਨ ਕਰਦੇ ਹਾਂ ਵੀ ਉਹਨਾਂ ਨੇ ਕਿਹੜਾ ਕੰਮ ਕਰਿਆ ਸੀ, ਕਿਹੜੇ ਸਾਧਨ ਕਰੇ ਸੀ ਜਿਹੜੇ ਕਰਕੇ ਉਹ ਪ੍ਰਵਾਨ ਹੋ ਗਏ ਅਤੇ ਸਦਾ ਵਾਸਤੇ ਅਮਰ ਅਵਸਥਾ ਨੂੰ ਪ੍ਰਾਪਤ ਹੋ ਗਏ। ਸੋ ਸ਼ੌਕ ਵਾਲੇ ਬੰਦੇ ਜਿਨ੍ਹਾਂ ਦੇ ਅੰਦਰ ਚਾਅ ਹੈ, ਜਿਨ੍ਹਾਂ ਦੇ ਅੰਦਰ ਜਗਿਆਸਾ ਹੈ, ਉਸੇ ਵੇਲੇ ਤੁਰਨਾ ਸ਼ੁਰੂ ਕਰ ਦਿੰਦੇ। ਇੱਕ ਸਧਾਰਨ ਅਵਸਥਾ ਦੇ ਤਿੰਨ ਚਾਰ ਸਿੱਖ, ਭਾਈ ਲਾਲੂ ਹੈ ਇੱਕ ਦਾ ਨਾਂ, ਦੂਜੇ ਦਾ ਨਾਂ ਭਾਈ ਦੁਰਗਾ ਹੈ, ਤੀਸਰੇ ਦਾ ਭਾਈ ਜਵੰਦ ਹੈ, ਕਾਰੋਬਾਰੀ ਗੁਰਸਿੱਖ ਨੇ, ਇੱਕੋ ਪਿੰਡ ਦੇ ਰਹਿਣ ਵਾਲੇ ਨੇ, ਤਿੰਨੇ ਹੀ ਸਾਧੂਆਂ ਦੀ ਸੰਗਤ ਕਰਦੇ ਨੇ, ਪਹਿਲਾਂ ਤੋਂ ਹੀ ਸੰਗਤ ਕਰਦੇ ਨੇ, ਸਾਧੂਆਂ ਦੀਆਂ ਕਥਾਵਾਂ ਸੁਣਦੀਆਂ। ਪਹਿਲੇ ਜ਼ਮਾਨਿਆਂ ਦੇ ਅੰਦਰ ਜੋ ਸਾਧੂ ਹੋਇਆ ਕਰਦੇ ਸੀ, ਉਹਨਾਂ ਦੀਆਂ ਲੋੜਾਂ ਬਹੁਤ ਘੱਟ ਹੁੰਦੀਆਂ ਸੀ, ਪੈਦਲ ਚੱਲਦੇ ਸੀ, ਵਸਤਰ ਦੀ ਉਹਨਾਂ ਨੂੰ ਲੋੜ ਹੀ ਨਹੀਂ ਸੀ ਹੁੰਦੀ, ਕੱਦਾ ਉੱਪਰ ਕਪੀਨ ਪਾ ਕੇ ਬੁੱਕਲ ਮਾਰ ਲੈਣੀ, ਤਪੀਏ ਬਹੁਤ ਹੁੰਦੇ, ਕਿਸੇ ਆਰਾਮ ਵਾਲੀ ਜਗ੍ਹਾ ਦੀ ਲੋੜ ਹੀ ਨਹੀਂ ਸੀ, ਜਿੱਥੇ ਥਾਂ ਮਿਲ ਗਿਆ ਉੱਥੇ ਹੀ ਪੈ ਛੱਡਦੇ ਸੀ, ਖਾਣ ਪੀਣ 'ਤੇ ਕੰਟਰੋਲ ਕਰਿਆ ਹੋਇਆ ਸੀ, ਸਾਧਨਾ ਸਾਧੀ ਹੋਈ ਸੀ, ਨੀਂਦ ਨੂੰ ਸਾਧਿਆ ਹੋਇਆ ਸੀ। ਸੋ ਸਹਿਜ ਤਪ ਦੇ ਅੰਦਰ ਜੰਗਮ ਤੀਰਥ ਬਣੇ, ਥਾਂ ਥਾਂ 'ਤੇ ਜਾ ਕੇ ਜਗਿਆਸੇ ਉਹਨੂੰ ਸੰਭਾਲਦੇ ਸੀ, ਉਪਦੇਸ਼ ਦਿੰਦੇ ਸੀ। ਉਸੇ ਉਪਦੇਸ਼ ਦਾ ਸਦਕਾ ਹੈ ਕਿ ਧੰਨੇ ਵਰਗਾ ਡੰਗਰ ਚਾਰਨ ਵਾਲਾ, ਖੇਤੀ ਕਰਨ ਵਾਲਾ ਬੰਦਾ ਕਿਸ ਪਦਵੀ 'ਤੇ ਪਹੁੰਚਿਆ, ਮਿਲੇ ਪ੍ਰਤੱਖ ਗਸਾਈਆਂ ਧੰਨਾ ਵਡਪਾਗਾ,
एक साधारण बच्चा, नामदेव वर्गा किरती बंदा किस अवस्था से पहुँचता है, रविदास जी वर्गा चमड़ा कट के कहते असी साड़ी जिहड़ी कुल सी मरे हुए डंगरां नूं चक के बाहर सिट के आउंदी हुंदी, उहदा चमड़ा ला लैणा ते फिर असी जोड़े गंढदे सी ते नवें जोड़े बणाउंदे। किसी यूनीवर्सिटी च नहीं गए, कोई विद्या ग्रहण करन वास्ते किस बड़े किसे पंडतां दे पास नहीं गए, केवल सत्संग सुने। सत्संग सुन के जो असली विद्या, जिसनूं ब्रह्म विद्या कहते हैं, जो सारियां विद्यावां तों श्रेष्ठ विद्या है, उहदी जिग्यासा जागी, भजन कीता, किड्डी बड़ी पदवी। अज गुरु ग्रंथ साहिब दे अंदर सतगुरु दा रूप धार के बैठे ने सारे, असी सीस नवाने उहनां दे बचनां नूं, शब्द गुरु नूं सीस नवाने। इस तरह ये भी तिन्ने ही गृहस्थी कट्ठे हुंदे सी कारोबार तों वेले होने तो बाद, कुछ विचार मन चाहती सी, सुनते सी भी फलाने पिंड सत्संग है, फलाने नगर अच सत्संग है, चल के भी जाते सी, कुछ निशा भी होंगी सी, कुछ मन भी टिकता सी, कुछ सेवा भावना भी जागती सी, कुछ दान करन दा उत्साह भी आता सी, लेकिन अजे तक वो चीज़ प्राप्त नहीं सी हुई जिहदे नाल मन शांत हो जाए। उसकी तलाश के अंदर फिरदे फिरदे गुरु अमरदास महाराज जी दे सो सुनी करना च, ते आप तिने जने कट्ठे हो के गुरु महाराज के चरणों पहुँचते हैं, तो जाके बेनती की कि सतगुरु जी असी किरती बंदे हाँ, साधारण बंदे, पढ़े लिखे असी नहीं है, कोई वेद शास्त्र असी नहीं जानते, कोई कर्म धर्म की सानू सोझी नहीं, जे सोझी है तो केवल यह है कि माड़े काम ना करो, ऐसा काम मूले ना की चाहिए जितंत पछो ताइए, जिहड़ा काम करन तो बाद पछतावा पैदा करे काम, वह काम नहीं करना चाहिए। इत्थे भी पछतावा हुंदा है ते दरगाह विच जाके भी पछताउणा पैंदा है, उत्थे भी जदों जवाब तलबी हुंदी है फिर आदमी नूं पछताउणा पैंदा है, रोना पैंदा है, फिर महाराज कहिंदे फिर तां कुछ भी नहीं बनता, करना हो तो सो नहीं पियो परे लोह कैफंद, नानक समय रम गयो अब क्यों रोह तन, समा लंघ गया ते हुण कहनू पछताउणा है, समा तो लंघ गया सारा। जमदूतां ने आके बाँह फड़ ली, किलर डिजीज़ लग गई, कोई बीमारी लग गई मारू, डॉक्टरां ने कहता तू नहीं हुण बचदा, उस वेले तो कोई जप तप नहीं हो सकता, फिर आदमी पछताउंदा है भी मैं एवें जिंदगी बर्बाद कर ली, कुछ करिया ना मैं। सो महाराज कहिंदे कहन लगे सच्चे पातशाह असी ऐसा कोई काम नहीं करते जिहड़े करन दे नाल सानूं इत्थे भी पछताउणा पवे ते दरगाह विच जाके पछताउणा पवे। संतां दी संगत कर करके सानूं दृढ़ हो चुके हैं भी किसी की निंदा नहीं करनी, चुगली नहीं करनी, ईरखा नहीं करनी, झूठ नहीं बोलना, कपट नहीं करना, छल नहीं करना, माड़े काम नहीं करने, मर्यादा समाज की ते उलंघन नहीं करनी धार्मिक मर्यादा। असीं यतन करते हैं कि जो अंदरले पंज चोर ने ये तो भी बचाया जाए, पर फिर भी सच्चे पातशाह कोई राह नहीं लभ रहा सानूं, ते आप दे चरण शरण असीं आए हैं, आप कृपा करके कोई ऐसा सुखाला जहा तरीका दसो, इन्ना कोई सहज जहा रस्ता दसो कि असी गृहस्थ दीआं जिम्मेवारियां भी निभा लीए ते नाल साडा छुटकारा भी हो जाए, कृपा करके आप सानू समझाउणा करो। महाराज जी दया दे घर च आए, कहन लगे गुरमुखो कोई कोई भागां वाला बंदा हुंदा है जिहदे मन विच ये जिग्यासा उठिया करदी, सारे संतां नूं गुरुआं नूं सारे बंदे नहीं मिलदे जिग्यासा वाले, पीड़ां बेअंत होणगीआं उहनां दे दुआले, दुनिया दे कट्ठ बहुत होणगे, कोई दुनिया दे वास्ते उत्थे आउंदे ने, कोई सुखणां वास्ते आउंदे ने, कोई होर किसे वास्ते आउंदे, जिग्यासा लै के कोई बिरला पुरश आउंदा, लखां बंदिआं चों इक बंदा होणा है जिहड़ा जिग्यासा लैंदा। इस करके महाराज कहते हैं कोई आए मिले गो गाहको ले गो मैं गो मो,
कोई ना वेट करो कुछ करे तो कोई गाहक आके मिलेगा पर वो फिर लेगा कि महंगे तो महंगा मुल दे। पहला सौदा जो महाराज करते ने वो ये कहते ने भी जे चीज लेनी है पहला मरण कबूर जीवन की छड़ास हो सबन की रेणका तो ओ हमारे पास पहला मरना कबूर। महाराज जे मैं मरना कबूल कर लिया मर गया फिर मैं प्राप्ति किवें करांगा। महाराज कहे शरीर तो नहीं असी मारदे ये जो तेरे अंदर जीवत भाव है हंगता ते ममता दा मैं बनिया होया तू इहनू मारना मंजूर कर लै कबूल कर लै क्योंकि मैं रहनी नहीं जे मेरे नाल रहना ते तू ए तू हुंदी है मैं नहीं उत्थे हुंदी जां मैं हुंदी है तू नहीं हुंदी पछाण हट जाती है राम कबीरा एक पए है कोई न सके पछाणी सो गाहक महंगा मुल दिंदा जिन्हां नूं भी दिता है परख पर के पूरा पा लिया क्योंकि चीज़ें पूरे पा दी है घट नहीं है। सो महाराज कहते चंगा बहुत चंगा है तुहाडे अंदर परमेश्वर ने जिग्यासा पैदा कीती है सो हुण तुसीं ध्यान दे नाल सुनियो रस्ता बड़ा सुखाला है बहुता औखा नहीं हैगा इहनू उलझणबाजी च जिन्ना जी करदा पा लो जिन्ना उलझाउणा उलझा लो पर रस्ता बिल्कुल ही सीधा है इहदे ते सारे ही लंघ सकदे ने सारे धर्मां दे लोक लंघ सकदे ने पर जे सरल रस्ता अख्तियार कीता जाए अपने आप ही अपने आप नूं बंदा बन लैंदा वहम प्रस्ती च वहम पा पा के आपे ही अपने दुआले कुंडल पाने शुरू कर देंदे शकलां बना लेंदे ने पेख बना लेंदे ने किरिया कर्म बेअंत कढ लेंदे ने फोकट कर्मां दे विच प्रवृत्त हो जांदे ने। महाराज कहिंदे गुरमुखो बहुत सधारण सीधा रस्ता है सो आप पहला संगत दे विच आ के सेवा नूं समझो कि पहला जिहड़ा डंडा है वह सेवा है सेवा तो गाह अगे शुरू होना सो सेवा करो सेवा श्रेष्ठ सब तो गुरु की होंगी है संगत की सेवा होंगी है जनता की सेवा होंगी है देश की सेवा होंगी है कम्यूनिटी की सेवा होंगी है यह सेवा का यतन करो जो सेवा करता है वो नाल प्राप्ति होंगी है पर जो सतगुरु की सेवा करता है वह सफल होंगी है सतगुरु की सेवा सफल है जे को करे चित लाए एवें हबड़ा दबड़ी च नहीं मन के अंदर शौक जागया हो कि मैं सेवा करूँ जिहड़ा अपनी ईगो नूं गवा के सेवा करता है महाराज कहिंदे उहनूं सारियां चीज़ां मन इच्छित मिल जांदियां जदों असीं इह गल कहिंदे आ उस वेले साडे मूहरे दुनिया फेर आ जांदी है वी मैनूं आह चीज़ मिल जाए मैं सेवा करूँ मिलदी है सब कुछ किन्नियां मसालां ने आपदे पास बीमार जांदे ने उत्थे रतवाड़ा साहब सेवा करदे ने थोड़े दिनां दे बाद कहिंदे जी मैं राजी हो गया क्योंकि मंगदे ही चीज़ ने वह मिल जांदी है जो मांगे ठाकर अपने ते सोई सोई दे कोई कहिंदा मैनूं नौकरी मिल जाए जी जाके सेवा करदा थोड़े दिनां बाद कहिंदा जी मैनूं मिल गई नौकरी मैं तां हैरान हुंदा कि महाराज किन्ने प्रसन्न हो जांदे ने किन्नी छेती मन जांदे ने वह मनदे तां ने जे अंदर सेवा दा शौक होवे जे बाबा जी कहे हाक मार के भाई तू इधर तुरिया फिरदा सेवा ना कर सेवा क्यों नहीं करता फिर नहीं हुंदा कुछ भी ये चाहे साल दो साल पाँच साल करिए क्योंकि अंदर रुचि नहीं है अंदरों कनैक्शन नहीं जुड़ता ना जुड़न करके गल एनर्जी आउंदी नहीं उहदे विच जिहड़ा आप ही चौ दे नाल दौड़ दौड़ के सेवा करदा उहदे ते गुरु प्रसन्न हुंदा ते गुरु की प्रसन्नता दे नाल की हुंदा उहदे महाराज इस तरह फरमान करदे ਨਾ ਲੋਕਾਂ ਦੀ ਸੋਝੀ ਹੋ ਜਾਵੇ ਸੇਵਾ ਕਰਕੇ Yeah.
ਕਲਿਆਣ ਵਾਸਤੇ, ਗਿਆਨ ਦੀ ਪ੍ਰਾਪਤੀ ਵਾਸਤੇ ਸਤਿਗੁਰੂ ਦੀ ਜੋ ਸੇਵਾ ਹੈ ਸਭ ਤੋਂ ਸ੍ਰੇਸ਼ਟ ਸੇਵਾ ਹੈ। ਇਹਦੇ ਨਾਲ ਆਪ ਵੀ ਤਰਦਾ ਅਤੇ ਸੰਸਾਰ ਨੂੰ ਵੀ ਤਾਰਦਾ ਅਤੇ ਤਿੰਨਾਂ ਲੋਕਾਂ ਦੀ ਉਸ ਨੂੰ ਭੂਤ ਦੀ, ਭਵਿੱਖ ਦੀ, ਵਰਤਮਾਨ ਦੀ, ਤਿੰਨਾਂ ਕਾਲਾਂ ਦੀ, ਤਿੰਨਾਂ ਲੋਕਾਂ ਦੀ ਸੋਚੀ ਹੋ ਜਾਇਆ ਕਰਦੀ। ਗੁਰਸੇਵਾ ਤਪਾ ਸਿਰ ਤਪ ਸਾ, ਸਾਰੇ ਤਪਾਂ ਦਾ ਸ਼੍ਰੋਮਣੀ ਤਪ ਗੁਰੂ ਦੀ ਸੇਵਾ। ਹਰ ਜੀਓ ਮਨ ਵਸੈ ਸਭ ਦੁੱਖ ਵਿਸਾਰਨ ਹਰ। ਹੁਣ ਫਲ ਦੱਸਦੇ ਨੇ ਇਹਦੇ ਵੀ ਕੀ ਨੇ, ਉਹ ਇਹ ਹੈ ਕਿ ਵਾਹਿਗੁਰੂ ਜੀ ਮਨ ਵਿੱਚ ਵਸ ਜਾਂਦੇ ਅਤੇ ਇਹ ਸੇਵਾ ਸਾਰੇ ਦੁੱਖਾਂ ਨੂੰ ਭੁਲਾ ਦਿੰਦੀ ਹੈ, ਕੋਈ ਦੁੱਖ ਰਹਿੰਦਾ ਹੀ ਨਹੀਂ। ਅਤੇ ਦਰਗਾਹ ਵਿੱਚ ਜਾ ਕੇ ਦਰ ਸੱਚ ਹੈ ਸਚਿਆਰ, ਦਿਸੈ ਸਚਿਆਰ, ਦਰਗਾਹ ਦੇ ਵਿੱਚ ਜਾਂਦਾ ਅਤੇ ਸਚਿਆਰ ਦੇ ਦਰਸ਼ਨ ਕਰਦੇ। ਗੁਰਸੇਵਾ ਅਤੇ ਧਿਰ ਪਵਨ ਸੋਝੀ ਹੋਏ, ਤਿੰਨਾਂ ਪਵਨਾਂ ਦੀ ਸੋਝੀ ਹੋ ਜਾਂਦੀ ਹੈ, ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ। ਆਪ ਪਛਾਣ ਹਰ ਪਾਵੈ ਸੋਏ, ਆਪਣੇ ਸਰੂਪ ਦਾ ਗਿਆਨ ਹੋ ਜਾਂਦਾ ਅਤੇ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ। ਸਾਚੀ ਬਾਣੀ ਮਹਿਲ ਪ੍ਰਾਪਤ ਹੋਏ, ਦਰਗਾਹ ਦੇ ਵਿੱਚ ਜੋ ਸੱਚਾ ਸ਼ਬਦ ਵਰਤ ਰਿਹਾ ਹੈ ਉਹਦੀ ਪ੍ਰਾਪਤੀ ਹੋ ਜਾਇਆ ਕਰਦੀ। ਸੋ ਇਸ ਕਰਕੇ ਸੇਵਾ ਦਾ ਮਹਾਤਮ ਮਹਾਰਾਜ ਕਹਿਣ ਲੱਗੇ ਬਹੁਤ ਵੱਡਾ ਹੈ। ਇਹ ਸੇਵਾ ਕਰਨ ਵਾਲਾ ਜਿਹੜਾ ਗੁਰਸੇਵਾ ਅਤੇ ਸਭ ਕੁਲ ਉਧਰੇ ਸਾਰੀਆਂ ਕੁਲਾਂ ਦਾ ਆਧਾਰ ਗੁਰੂ ਦੀ ਸੇਵਾ ਕਰਨ ਵਾਲਾ ਕਰ ਦਿੰਦਾ। ਨਿਰਮਲ ਨਾਮ ਰੱਖਾ ਹੈ ਉਰਤਾਰ, ਹਿਰਦੇ ਵਿੱਚ ਧਾਰਨ ਕਰਕੇ ਨਿਰਮਲ ਨਾਮ ਰੱਖਦਾ। ਸਾਚੀ ਸੋਭਾ ਸਾਚ ਦੁਆਰੇ, ਦੁਆਰ ਸੱਚੇ ਦੁਆਰੇ ਜਾ ਕੇ ਫਿਰ ਉਹਦੀ ਸੋਭਾ ਹੁੰਦੀ ਹੈ। ਉਹਨੂੰ ਕੋਈ ਨਹੀਂ ਕਹਿੰਦਾ ਰੇਰੇ ਦਰਗੇ ਕਹੇ ਨਾ ਕਹੂ, ਆਓ ਬੈਠ ਆਦਰ ਸਭ ਦੇ। ਬਾਬਾ ਸਾਹਿਬ ਸਿੰਘ ਜੀ ਉਨੇ ਵਾਲੇ, ਭਾਈ ਦਿਆਲ ਸਿੰਘ ਜੀ ਪੰਜ ਪਿਆਰਿਆਂ ਦੇ ਸ਼੍ਰੋਮਣੀ ਜਥੇਦਾਰ, ਅਤੇ ਉਹਨਾਂ ਦੇ ਬਾਅਦ ਬਾਬਾ ਸੋਭਾ ਸਿੰਘ ਜੀ, ਅਤੇ ਉਹੀ ਗਿਆਨ ਜੋ ਗੁਰੂ ਦਸ਼ਮੇਸ਼ ਪਿਤਾ ਤੋਂ ਭਾਈ ਦਿਆਲ ਸਿੰਘ ਜੀ ਨੇ ਪ੍ਰਾਪਤ ਕਰਿਆ ਸੀ ਬਾਬਾ ਸੋਭਾ ਸਿੰਘ ਜੀ ਦੀ ਰਾਹੀਂ, ਉਹ ਜੋ ਗਿਆਨ ਇੱਥੇ ਬਾਬਾ ਜੀ ਦੇ ਪਾਸ ਬਾਬਾ ਸਾਹਿਬ ਸਿੰਘ ਜੀ ਦੇ ਰਾਹੀਂ ਪ੍ਰਾਪਤ ਹੋ ਗਏ, ਸੰਸਾਰ ਦਾ ਆਧਾਰ ਹੋ ਰਿਹਾ। ਅਤੇ ਉਹਨੇ ਸੇਵਾ ਦੇ ਅੰਦਰ ਭਾਗ ਸਿੰਘ ਨਾਮ ਕਰਕੇ ਇੱਕ ਲਾਂਗਰੀ ਸੀ, ਉਹਦੀ ਮਾਤਾ ਜੀ ਚੜ੍ਹਾਈ ਕਰ ਗਈ। ਬਾਬਾ ਜੀ ਨੂੰ ਖਬਰ ਦਿੱਤੀ ਕਿ ਲਾਂਗਰੀ ਦੀ ਮਾਤਾ ਜੀ, ਸ਼੍ਰੀਮਾਨ ਦੀ ਮਾਤਾ ਚੜ੍ਹਾਈ ਕਰ ਗਈ। ਸੇਵਾ ਕਰਿਆ ਕਰਦੀ ਸੀ ਆ ਕੇ ਗੁਰੂ ਘਰ ਦੇ ਅੰਦਰ, ਜਲ ਭਰਨਾ, ਝਾੜੂ ਦੇਣਾ, ਬਰਤਨ ਮਾਂਜਣੇ, ਹੋਰ ਅਨੇਕਾਂ ਕਾਰਜ, ਵਸਤਰ ਧੋਣੇ। ਐਸੀ ਸੇਵਾ ਕਰਕੇ ਜਦੋਂ ਸੰਸਾਰ ਦੀ ਯਾਤਰਾ ਖਤਮ ਕਰਕੇ ਗਈ, ਬਾਬਾ ਜੀ ਕਹਿਣ ਲੱਗੇ ਕੋਈ ਨਾ ਪਾਏ, ਕਿਉਂਕਿ ਤਿੰਨਾਂ ਭਵਨਾਂ ਦੀ ਸੋਝੀ ਸੀ। ਅਨੁਭਵ ਨਾਲ ਦੇਖਿਆ, ਕਹਿੰਦੇ ਕੋਈ ਨਾ, ਉਹਨੇ ਆ ਜਾਣਾ, ਕਿਤੇ ਨਹੀਂ ਜਾਂਦੀ, ਸੰਸਕਾਰ ਨਾ ਕਰਿਓ। ਸਰੀਰ, ਮ੍ਰਿਤਕ ਸਰੀਰ ਰੱਖ ਛੱਡਿਆ। ਕੁਝ ਸਮਾਂ ਬੀਤਿਆ ਅਤੇ ਉਹਦੇ ਬਾਅਦ ਮਾਤਾ ਸਰੀਰ ਵਿੱਚ ਪ੍ਰਵੇਸ਼ ਕਰ ਗਈ ਅਤੇ ਸਰੀਰ ਦੁਬਾਰਾ ਜਿੰਦਾ ਹੋ ਗਿਆ। ਵਾਹਿਗੁਰੂ ਵਾਹਿਗੁਰੂ ਕਰਦੀ ਉੱਠ ਕੇ ਬੈਠ ਗਈ, ਕਹਿੰਦੀ ਬਾਬਾ ਜੀ ਦੇ ਦਰਸ਼ਨ ਕਰਨੇ ਆ। ਬਹੁਤ ਸਾਰਾ ਇਕੱਠ ਹੋ ਗਿਆ ਅਤੇ ਬਾਬਾ ਜੀ ਦੇ ਚਰਨਾਂ 'ਚ ਹਾਜ਼ਰ ਹੋਏ। ਕਹਿਣ ਲੱਗੇ ਸੁਣਾ ਬੀਬੀ ਕਿਵੇਂ ਆਈ? ਕਹਿੰਦੀ ਬਾਬਾ ਜੀ ਚੜ੍ਹਾਈ ਕਰ ਗਈ ਸੀ। ਫਿਰ ਕਹਿੰਦੇ ਕੀ ਹੋਇਆ? ਕਹਿੰਦੀ ਮਹਾਰਾਜ ਜੀ ਮੈਨੂੰ ਧਰਮਰਾਜ ਦੇ ਦੂਤ ਲੈਣ ਵਾਸਤੇ ਆ ਗਏ। ਇੱਕ ਤਾਂ ਜਮਦੂਤ ਹੁੰਦੇ ਨੇ, ਇੱਕ ਦੂਤ ਹੁੰਦੇ ਨੇ। ਜਮਦੂਤ ਉਹਦੇ ਵਾਸਤੇ ਆਉਂਦੇ ਆ ਜਿਹੜੇ ਇੱਥੇ ਆ ਕੇ ਪਾਪ ਕਰਦੇ ਨੇ, ਮਾੜੇ ਕੰਮ ਕਰਦੇ ਆ, ਉਹਨਾਂ ਨੂੰ ਮਾਰਦੇ ਕੁੱਟਦੇ ਲੈ ਜਾਂਦੇ ਨੇ। ਬਾਰ ਬਰਾਨੜੇ ਹੁੰਮਸ ਤੁੰਮਸ ਕੂਕਾਂ ਪਈਆਂ ਰਾਹ, ਮਨਮੁਖ ਜਮਦਾਰ ਵੱਧੇ ਮਾਰੀਆਂ, ਉੱਥੇ ਬੰਨ ਕੇ ਉਹਨਾਂ ਨੂੰ ਮਾਰਿਆ ਜਾਂਦਾ। ਉੱਥੇ ਹੱਥ ਨਾ ਉਪੜਾਏ, ਕੂਕ ਨਾ ਸੁਣੀਏ ਪੁਕਾਰ, ਉੱਥੇ ਸਤਿਗੁਰ ਵੇਲੀ ਹੋਏ ਕੱਢ ਲਏ ਅੰਤੂ ਦਾ। ਕਹਿੰਦੇ ਫੇਰ ਬਾਬਾ ਜੀ ਮੈਨੂੰ ਧਰਮਰਾਜ ਦੇ ਪੇਸ਼ ਕਰਦਾ,
ਚਿਤਰਗੁਪਤਾ ਨੂੰ ਹੁਕਮ ਹੋਇਆ ਕਿ ਇਹਦਾ ਹਿਸਾਬ ਕਿਤਾਬ ਦੱਸੋ। ਹੈਰਾਨ ਹੋ ਗਏ ਅਤੇ ਧਰਮਰਾਜ ਨੂੰ ਕਹਿਣ ਲੱਗੇ ਕਿ ਮਹਾਰਾਜ, ਇਸ ਬੀਬੀ ਦਾ ਤਾਂ ਨਾਂ ਹੀ ਨਹੀਂ ਸਾਡੇ ਰਜਿਸਟਰ 'ਚ, ਕਿਉਂਕਿ ਧਰਮਰਾਜ ਦੇ ਪਾਸ ਸਾਰੇ ਨਹੀਂ ਜਾਂਦੇ। ਸਾਧ ਸਿੰਘ ਜੀ, ਇਹ ਖਿਆਲ ਕੱਢ ਦਿਉ, ਕਿਤੇ ਸਾਰੇ ਹੀ ਕਰੀ ਜਾਣ। ਧਰਮਰਾਜ ਦੇ ਕੋਲ ਸਿਰਫ ਉਹ ਜਾਂਦੇ ਨੇ, ਧਰਮਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਕਿਉਂਕਿ ਧਰਮਰਾਜ ਕੋਲ ਦੋ ਚੀਜ਼ਾਂ ਨੇ, ਇੱਕ ਸਵਰਗ ਹੈ ਇੱਕ ਨਰਕ ਹੈ। ਸਵਰਗ ਦੀ ਲੋਚਾ ਵਾਲੇ ਬੰਦੇ ਧਰਮਰਾਏ ਕੋਲ ਜਾਂਦੇ ਨੇ, ਪੁੰਨਦਾਨ ਜੋ ਬੀਜ ਦੇ ਸਭ ਧਰਮਰਾਏ ਕੇ ਜਾਏ। ਮਹਾਰਾਜ ਕਹਿੰਦੇ ਜਿਹੜੇ ਪੁੰਨਦਾਨ ਬੀਜ ਕੇ ਉਹਦਾ ਬਦਲਾ ਚਾਹੁੰਦੇ ਨੇ ਨਾ, ਵੀ ਸਾਨੂੰ ਦਰਗਾਹ ਜਾ ਕੇ ਮਿਲੇ, ਆਹ ਸਾਨੂੰ ਮਿਲੇ, ਆਹ ਵੀ ਬੀਜਦੇ ਆਹ ਮਿਲੇ, ਕਹਿੰਦੇ ਉਹ ਫਿਰ ਸੈਂਕੜੇ ਗੁਣਾ ਹਜ਼ਾਰਾਂ ਗੁਣਾ ਹੋਇਆ ਹੋਇਆ ਭੋਗਣ ਵਾਸਤੇ ਦਰਗਾਹ 'ਚ ਜਾਂਦੇ ਨੇ, ਉਹਨਾਂ ਨੂੰ ਜਾਣਾ ਪਏਗਾ। ਧਰਮਰਾਜ ਦਾ ਅਖਤਿਆਰ ਜਿਹੜਾ ਹੈ 84 ਨਰਕਾਂ ਦੇ ਉੱਤੇ ਜਾਂ 18 ਨਰਕਾਂ ਦੇ ਉੱਤੇ, ਭੂਤ ਲੋਕ ਜਿਹੜੇ ਨੇ ਹੈਗੇ ਇੱਥੇ ਹੀ ਧਰਤੀ ਦੇ ਉੱਤੇ, ਦੁੱਖ ਭੋਗਦੀਆਂ ਰੂਹਾਂ ਫਿਰਦੀਆਂ ਉਹਨਾਂ ਉੱਤੇ, ਤੀਸਰਾ ਹੈ ਸਵਰਗ ਲੋਕਾਂ ਦੇ ਉੱਤੇ, ਗੰਧਰਵ ਲੋਕ ਹੈ, ਦੇਵ ਗੰਧਰਵ ਲੋਕ ਹੈ, ਪਿੱਤਰ ਲੋਕ ਹੈ, ਸਵਰਗ ਲੋਕ, ਇੰਦਰ ਲੋਕ, ਪ੍ਰਜਾਪਤ ਲੋਕ, ਕਰਮਦੇਵ ਲੋਕ, ਅਜਾਨਦੇਵ ਲੋਕ, ਬ੍ਰਹਮ ਲੋਕ, ਸ਼ਿਵ ਲੋਕ ਅਤੇ ਵੈਕੁੰਠ ਧਾਮ। ਇੱਥੇ ਥਾਈਂ ਉਹ ਜਿਹੜਾ ਕੈਂਪ ਹੈ ਧਰਮਰਾਜ ਦਾ, ਉਹ ਰੂਹਾਂ ਉੱਪਰ ਨੂੰ ਵੀ ਭੇਜਦਾ, ਹੇਠਾਂ ਨੂੰ ਵੀ ਭੇਜਦਾ, ਅਤੇ ਇਹ ਧਰਤੀ 'ਤੇ ਵੀ ਸੁੱਟਦਾ। ਅਤੇ ਬਹੁਤਿਆਂ ਨੂੰ ਜਿਨ੍ਹਾਂ ਨੇ ਪਾਪ ਕਰੇ ਹੁੰਦੇ ਨੇ ਅਤੇ ਉਹਨਾਂ ਦੇ ਫਲ ਲੈਣ ਵਾਲੇ ਛੇਤੀ ਛੇਤੀ ਆ ਰਹੇ ਹੁੰਦੇ ਨੇ, ਉਹਨਾਂ ਨੂੰ ਇੱਥੇ ਹੀ ਭੇਜ ਦਿੰਦਾ। ਕਿਸੇ ਨੂੰ ਮੁਰਗਾ ਬਣਾਤਾ, ਕਿਸੇ ਨੂੰ ਕੁੱਤਾ ਬਣਾਤਾ, ਕਿਸੇ ਨੂੰ ਬਲਦ ਬਣਾਤਾ, ਕਿਸੇ ਨੂੰ ਸੱਪ ਬਣਾਤਾ, ਉਹ ਜਲਦੀ ਭੇਜ ਦਿੰਦਾ। ਉਹ ਸਾਰੀ ਜਿਹੜੀ ਐਸੀ ਦੁਨੀਆ ਹੈ, ਤਮੋ ਗੁਣੀ ਅਤੇ ਰਜੋ ਗੁਣੀ ਦੁਨੀਆ, ਇਹ ਧਰਮਰਾਜ ਕੋਲ ਜਾਂਦੀ ਹੈ। ਧਰਮਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਤੇਰੇ ਕੋਲ ਸਿਰਫ ਉਹ ਆਉਣਗੇ ਜਿਹੜੇ ਦੁਆਇਤ ਵਿੱਚ ਮਨਮੁੱਖ ਹੋ ਕੇ ਜੀਵਨ ਬਤੀਤ ਕਰਦੇ ਨੇ, ਜਿਹੜੇ ਗੁਰੂ ਦੇ ਦੱਸੇ ਹੋਏ ਅਸੂਲਾਂ ਦੇ ਮੁਤਾਬਕ ਜੀਵਨ ਨਹੀਂ ਬਿਤਾਉਂਦੇ, ਆਪਣੇ ਮਨ ਦੇ ਪਿੱਛੇ ਲੱਗ ਕੇ, ਆਪਣੀ ਮੰਤਕ ਬਣਾ ਕੇ, ਆਪਣੀ ਮਨ ਦੀ ਹੁਸ਼ਿਆਰੀ ਨਾਲ ਜਿਹੜੇ ਦੁਨੀਆਂ ਦੇ ਅੰਦਰ ਜਿਉਂਦੇ ਨੇ, ਉਹ ਸਾਰੇ ਧਰਮਰਾਜ ਕੋਲ ਜਾਣਗੇ, ਜਾਂ ਉਹ ਜਾਣਗੇ ਜਿਹੜੇ ਪੁੰਨਦਾਨ ਤਾਂ ਕਰਦੇ ਨੇ ਪਰ ਬਦਲਾ ਚਾਹੁੰਦੇ ਨੇ। ਹੁਣ ਇਹ ਬੀਬੀ ਪੁੰਨਦਾਨ ਕਰਦੀ ਸੀ, ਸੇਵਾ ਕਰਦੀ ਸੀ ਗੁਰੂ ਦੀ, ਸੇਵਾ ਕਰਨ ਤੋਂ ਬਾਅਦ ਅਸੀਂ ਕਹਿੰਦੇ ਕੀ ਹਾਂ, ਰੋਜ਼ ਜਦੋਂ ਅਰਦਾਸ ਕਰਦਾ ਸਿੱਖ ਨਿੱਤ ਕਰਦਾ, ਇੱਕ ਅਵੇਸੜੀ ਚੇਤਨਤਾ ਦੇ ਨਾਲ ਕਰਦਾ, ਇੱਕ ਪੂਰੀ ਚੇਤਨਤਾ ਦੇ ਨਾਲ ਕਰਦਾ। ਪੂਰੀ ਚੇਤਨਤਾ ਵਾਲਾ ਕਹਿੰਦਾ ਵੀ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਜੋ ਆਪਦੀ ਕਿਰਪਾ ਦੇ ਨਾਲ ਬਾਣੀ ਪੜ੍ਹ ਹੋਈ ਹੈ, ਜੋ ਸ਼ੁਭ ਕਰਮ ਹੋਏ ਨੇ, ਇਹ ਸਾਰਿਆਂ ਨੂੰ ਤੂੰ ਆਪਣੇ ਖਜ਼ਾਨੇ 'ਚ ਦਾਖਲ ਕਰ ਲੈ। ਖਜ਼ਾਨੇ 'ਚ ਦਾਖਲ ਕਰਾਤੇ ਅਸੀਂ, ਸਤਿਗੁਰੂ ਦੇ ਖਾਤੇ 'ਚ ਜਮ੍ਹਾਂ ਕਰਾਤੇ, ਆਪਣਾ ਖਾਤਾ ਨਹੀਂ ਸਾਡਾ, ਵੀ ਮੇਰੇ ਖਾਤੇ 'ਚ ਇੱਥੇ ਜਮ੍ਹਾਂ ਕਰ ਲੈ। ਉਹ ਜਿਹੜੇ ਉਹਨਾਂ ਦੇ ਫਲ ਨੇ ਗੁਰੂ ਦੇ ਕੋਲ ਚਲੇ ਜਾਂਦੇ ਨੇ, ਗੁਰੂ ਫਿਰ ਆਪਣੇ ਹਿਸਾਬ ਨਾਲ ਉਹਨੂੰ ਫਲ ਦਿੰਦਾ ਵੀ ਇਹਨੂੰ ਕੀ ਦਈਏ, ਇਹਦੇ ਇੰਨੇ ਪੁੰਨ ਜਮ੍ਹਾਂ ਹੋ। ਜੇ ਤਾਂ ਸੁਚੇਤ ਹੋ ਕੇ ਸਿੱਖ ਅਰਦਾਸ ਕਰਦਾ, ਫਿਰ ਤਾਂ ਕਰਮ ਜਿਹੜੇ ਨੇ ਚੰਗੇ ਸਾਰੇ ਗੁਰੂ ਕੋਲ ਹੋ ਜਾਂਦੇ ਨੇ, ਜਿਹੜੇ ਮਾੜੇ ਕਰਮ ਹੋ ਜਾਂਦੇ ਨੇ ਉਹ ਮਾਫ਼ੀ ਮੰਗਦਾ ਹਰ ਵਕਤ, ਹਰ ਵਕਤ ਇਹ ਕਹਿੰਦਾ ਵੀ ਮੈਂ ਤਾਂ ਕਿਰਪਾ ਕਰ, ਮੈਨੂੰ ਬਖਸ਼ ਲੈ। ਸੋ ਉਹ ਉੱਧਰ ਨਹੀਂ ਜਾਂਦਾ ਹੈ ਕਿਉਂਕਿ ਕਰਮ ਬੀਜਦਾ ਨਹੀਂ ਹੈ, ਉਹ ਫਿਰ ਗੁਰੂ ਦੇ ਕੋਲ ਜਾਂਦੇ ਨੇ। ਕਹਿਣ ਲੱਗੀ ਬਾਬਾ ਜੀ ਫਿਰ ਮੇਰਾ ਨਾਂ ਨਾ ਨਿਕਲਿਆ ਅਤੇ ਮੇਰਾ ਨਾਮ, ਉਹਨਾਂ ਨੇ ਕਿਹਾ ਵੀ ਇਹ ਇੱਥੇ ਤਾਂ ਨਾਮ ਹੈ ਨਹੀਂ ਹੈ ਬੀਬੀ ਦਾ। ਧਰਮਰਾਜ ਨੇ ਕਿਹਾ ਕਿ ਇਹ ਤਾਂ ਸਾਡੇ ਲੋਕ 'ਚ ਆਉਣ ਵਾਲੀ ਓ ਨਹੀਂ ਬੀਬੀ, ਇਹ ਤਾਂ ਗੁਰੂ ਨਾਨਕ ਦੇਵ ਦੇ ਲੋਕ 'ਚ ਜਾਣਾ ਹੈ ਇਸਨੇ, ਜਿੱਥੇ ਗੁਰੂ ਦੀ ਦਰਗਾਹ ਹੈ, ਦਰਗਾਹੇ ਵਾਰੇਗਾ ਖੁਦਾ, ਦਰਗਾਹੇ ਖਾਸ ਵੈਕੁੰਠ ਧਾਮ ਤੋਂ ਉੱਤੇ, ਉੱਥੇ ਦਾ ਹੈ ਇਹ ਜੀ, ਇਹ ਤਾਂ ਗੁਰੂ ਦਾ ਸਿੱਖੀ ਧਾਰਨ ਕਰਨ ਵਾਲਾ ਹੈ ਆਤਮਾ, ਇਸ ਕਰਕੇ ਇਹਨੂੰ ਵਾਪਸ ਕਰੋ। ਕਹਿਣ ਲੱਗੀ ਮੇਰੀ ਬੜੀ ਸੇਵਾ ਕਰੀ, ਮੇਰਾ ਬੜਾ ਆਦਰ ਕਰਿਆ, ਕਿਉਂਕਿ ਉਸਨੇ ਸੇਵਾ ਕਰੀ ਸੀ। ਸੇਵਾ ਕਰਨ ਦੇ ਨਾਲ ਦਰਗਾਹ 'ਚ ਮਾਣ ਮਿਲਦਾ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਵੈਸਣ ਪਾਈਏ ਕਹੋ ਨਾਨਕ ਬਾਹੋਂ ਲਗਾਈਏ। ਉੱਥੇ ਜਾ ਕੇ ਮੋਢੇ ਨਹੀਂ ਸਕੋੜ ਕੇ ਤੁਰਦਾ, ਛਾਤੀ ਕੱਢ ਕੇ ਤੁਰਦਾ, ਸੇਵਾ ਕਰੀਏ ਗੁਰੂ ਦੀ ਅਤੇ ਉਹਦਾ ਫਲ ਲੈਣ ਦਾ ਮੌਕਾ ਆ ਗਿਆ। ਪਰ ਇਹ ਜੋ ਵਾਪਸ ਆ ਕਹਿਣ ਲੱਗੇ, ਮੈਂ ਕਿਹਾ ਵੀ ਮੈਨੂੰ ਦਰਗਾਹ ਤਾਂ ਦਿਖਾ ਦਿਉ। ਕਹਿੰਦੇ ਸਰੀਰ ਤੇਰਾ ਅਗਨ ਭੇਟ ਨਾ ਹੋ ਜਾਵੇ,
ਸੋ ਦੇਖਿਆ ਸਾਰਾ ਹਾਲ, ਕਹਿੰਦੇ ਮੈਨੂੰ ਦਿਖਾ ਦਿੱਤੀ ਦਰਗਾਹ, ਅਤੇ ਉਹ ਕਹਿਣ ਲੱਗੇ ਜੇ ਤਾਂ 8 ਸਾਲ ਰਹਿੰਦੇ ਨੇ ਇਹਦੇ, ਵਾਪਸ ਕਰੋ, ਫਿਰ ਆਏਗੀ ਇੱਥੇ। ਸੋ ਜੋ ਗੁਰੂ ਦੇ ਬਣ ਜਾਂਦੇ ਨੇ, ਗੁਰੂ ਦੀ ਸੇਵਾ ਕਰਦੇ ਨੇ, ਗੁਰੂ ਦੇ ਉਪਦੇਸ਼ਾਂ ਦੇ ਮੁਤਾਬਕ ਆਪਣਾ ਜੀਵਨ ਧਾਰਨ ਕਰਦੇ ਨੇ, ਉਹਨਾਂ ਦਾ ਲੇਖਾ ਪਤਾ ਗੁਰੂ ਨਾਨਕ ਦੀ ਦਰਗਾਹ 'ਚ ਹੋਇਆ ਕਰਦਾ। ਜੋ ਸੱਚਾ ਸਿੱਖ ਹੈ ਬਾਣੀ ਦੇ ਨਾਲ ਚੱਲਣ ਵਾਲਾ, ਉਹ ਸਤਿਗੁਰੂ ਦੇ ਦੇਸ਼ ਜਾਇਆ ਕਰਦਾ, ਧਰਮਰਾਜ ਦੇ ਦੇਸ਼ ਨਹੀਂ ਜਾਇਆ ਕਰਦਾ। ਮਹਾਂਪੁਰਸ਼ਾਂ ਨੂੰ ਮਿਲਦਾ ਹੈ ਜਿਹਨਾਂ ਨਾਲ ਪਿਆਰ ਹੁੰਦਾ। ਪਰ ਮਹਾਰਾਜ ਕਹਿਣ ਲੱਗੇ, ਪ੍ਰੇਮੀਓ, ਭਾਈ ਲਾਲੂ, ਭਾਈ ਦੁਰਗਾ, ਭਾਈ ਜਵੰਦਾ ਜੀ, ਇਹ ਜਿਹੜੀ ਸੇਵਾ ਹੈ ਇਹ ਭਾਗਾਂ ਤੋਂ ਬਗੈਰ ਨਹੀਂ ਮਿਲਿਆ ਕਰਦੀ। ਇੱਕ ਤਾਂ ਸਤਸੰਗ ਨਹੀਂ ਭਾਗਾਂ ਤੋਂ ਬਿਨਾਂ ਮਿਲਦਾ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੈ ਜੀ। ਇੱਕ ਗੁਰੂ ਦੀ ਸੇਵਾ ਭਾਗਾਂ ਤੋਂ ਬਗੈਰ ਪ੍ਰਾਪਤ ਨਹੀਂ ਹੁੰਦੀ, ਜਿਹਨੂੰ ਹੋ ਜਾਂਦੀ ਆ ਉਹ ਭਾਗਾਂ ਵਾਲੇ ਪੁਰਸ਼ ਹੁੰਦੇ ਨੇ। ਵੱਡੀਆਂ ਵੱਡੀਆਂ ਭਾਗਾਂ ਵਾਲੇ ਜਿਹੜੇ ਕਰਦੇ ਗੁਰਾਂ ਦੀ ਸੇਵਾ, ਨਾ ਮੰਗਣ ਵਾਲੀ ਸੇਵਾ, ਸੇਵਾ ਕਰਤ ਹੋਏ ਨੇਹ ਕਾਮੀ, ਜਿਸ ਕੋ ਹੋਤ ਪ੍ਰਾਪਤ ਸੋ। ਕਿੱਡੀ ਬੜੀ ਪਦਵੀ ਹੈ ਜਿਹੜਾ ਨਿਸ਼ਕਾਮ ਹੋ ਕੇ ਸੇਵਾ ਕਰੇ। ਮਹਾਰਾਜ ਕਹਿੰਦੇ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਸੇਵ ਡਭਾਗੀ ਜੇ ਗੁਰ ਸੇਵਾ ਲਾਏ, ਅਨ ਦਿਨ ਭਗਤ ਸੱਚ ਨਾਮ ਦਿਰਦਾਏ, ਨਾਮੇ ਉਧਰੇ ਕੁੱਲ ਸਵਾਏ ਆਪ ਵੀ ਤਰਦੇ ਨੇ ਅਤੇ ਕੁਲਾਂ ਨੂੰ ਵੀ ਤਾਰ ਦਿੰਦੇ ਨੇ। ਗੁਰ ਸੇਵਾ 'ਤੇ ਸਭ ਕੁੱਲ ਉਧਾਰੇ, ਅਤੇ ਪਦਵੀ ਕਿੱਡੀ ਹੁੰਦੀ ਹੈ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉਂ ਜਲ ਤਰੰਗ ਉੱਠੇ ਬਹੁ ਭਾਤੀ, ਫਿਰ ਸੱਲਾ ਸੱਲ ਸਮਾਏ ਦਾ। ਵਾਹਿਗੁਰੂ 'ਚ ਲੀਨ ਹੋ ਜਾਂਦਾ ਸੇਵਾ ਕਰਨ ਨਾਲ। ਸਿਮਰਨ ਅਤੇ ਸੇਵਾ ਦੋ ਚੀਜ਼ਾਂ ਗੁਰੂ ਘਰ ਦੇ ਅੰਦਰ ਪ੍ਰਧਾਨ ਚੀਜ਼ਾਂ ਨੇ। ਜਹਾਜ਼ ਦੇ ਦੋ ਫੰਗ ਨੇ ਜਾਂ ਪਹੀਏ ਨੇ ਜਿਹੜੇ ਅਸਮਾਨ ਵਿੱਚ ਉਡਾ ਕੇ ਇਹਨੂੰ ਲੈ ਜਾਂਦੇ। ਸੋ ਸੇਵਾ ਕਰਨ ਵਾਲਾ, ਸੇਵਾ ਕਰਨ ਵਾਲੇ ਨੂੰ ਨਹੀਂ ਪਤਾ ਹੁੰਦਾ ਕਿ ਇਹਦਾ ਫਲ ਕੀ ਹੋਏਗਾ। ਥੋੜ੍ਹੀ ਦੇਰ ਪਹਿਲਾਂ ਇੱਥੋਂ ਸੰਗਤ ਗਈ, ਜਾ ਕੇ ਸੇਵਾ ਕਰੀ, ਸੇਵਾ ਵੀ ਕੀ ਕਰੀ, ਗਿੱਲਾ ਗੋਹਾ ਸਿਰ 'ਤੇ ਚੱਕ ਚੱਕ ਕੇ ਖੇਤਾਂ ਸਿੱਟਿਆ,
बीबिया सिट रही है जिन्हों के किन्ने किन्ने कीमती कपड़े पाए हैं, भाई सिट रहे पढ़े लिखे सिट के आ गए, उन्होंने कोई पता नहीं भी यदा फल की होया। उन्होंने लंगर च सब्जियां ही नहीं मुकदियां, तंग आ गए खाने वाले भी कहते इन सब्जियां क्योंकि सेवा इन्नी हो गई। इतने भी वह सब्जी आती है, उस वेले तो इन्ना ही लगता सी भी असं आ चक चक के खाद सिट रहे हैं खेतों, फल किन्ना बड़ा हो गया। सो ये भागा की चीज़ होंगी है साध संगी, यह बढ़ती हो तुरी जाती है अगे तो अगे तुरी जाती है बढ़। सो ये ऐसी सेवा महाराज कहते जो इस तरह के ढंग नाल सेवा करता है गुरमुख हो भाई लालू भाई दुर्गा जी भाई जवंदा जी इस तरह की निष्काम सेवा करया करो। ये तुसी कारोबार भी कर सकते हो तो सेवा भी कर सकते। हुण दूसरी जिहड़ी साडा उपदेश है उहनूं भी तुसी हिरदे च बसाओ, वो ये है कि जदों बाणी पढ़नी है हरी दा जस करना है उस वेले एक चीज़ की बहुत जबरदस्त लोड़ है जिदे नाल फिर बाणी थाए थां पैंदी है, पढ़ी होई भी सुनी होई भी विचारी होई भी। कहन लगे पातशाह वो किहड़ा साधन है जिदे नाल असीं बाणी पढ़ीए ते साडी सारी बाणी थां पै जावे, हरी का जस करिए तो हरी का जस साडा थां पै जावे तो लेखे च पै जावे। महाराज कहिंदे वो इस तरह हुंदा है, पढ़ो प्यार जस करो वाहिगुरु दा प्यारियो जपजी साहब पढ़ना है, होर बाणियां पढ़नी है, बाणी का कीर्तन करना है, लेकिन सारिया की एक बेसिक शर्त है कि चित्त की एकाग्रता हो, फुरना कोई ना आवे, मन नठे ना किसी पासे, वो सावधान रहे, प्रभु की उस्तत करो संत वीर सावधान एकाग्र चीत। दो गल्लां महाराज ने कही, एक तो सावधानता हो, उंगदा ना हो, सुस्त ना बैठा हो, सावधान। फौजी काशन है सावधान, जदों फौज का कमांडर सावधान कह दिंदा है उस वेले सारे जवान दो अड्डियां जोड़ लेंदे ने, पंजे खोल लेंदे, हथ पट्टां दे नाल लग जाते, निगाह जिहड़ी है वह 300 गज ते देखना शुरू करदी है, ठोडी सीधी हो जाती है, ना इधर देखते ने ना इधर देखते ने। महाराज कहिंदे इह तां ठीक है, इह गल सानूं भी चाहीदी है सावधानता, लेकिन ये तो अगे गल होर है, जे सावधान हो गया तो सावधान के बिच रहने वाला नठ गया फिर सावधानता की करेगी, वह भी जरूरी है। सावधान एकाग्र चीज, चित भी एकाग्र हो, जिन्ना चिर चित नहीं एकाग्र होंदा उन्नी देर तक लेखे च नहीं पैंदी,
गुरु नानक पातशाह ने यह गल प्रैक्टिकली सानू पहला समझाई है सब ते। ज़्यादा अपने पहली अरदासी वास्ते कदम पटिया घर तो बाहर पहली गल सानू आही समझाई है। जे असी पहला सब के समझ दिए फिर तो असी गल छेद के ही फड़ लेंगे, क्योंकि आपनू पता सी भी पहला सबक किसी किताब के विच हुंदा कैदियां च क्रोध मत करो, पहला सबक हो गया भी क्रोध नहीं करना। कईयां च हुंदा झूठ मत बोलो, झूठ दे गल चल भी झूठ नहीं बोलना। इस तरह गुरु नानक पातशाह ने जो सानू पहला सबक जदों संसार नू उपदेश देण गए ने पहला सबक दिता है मन की एकाग्रता। दूसरा सबक दिता है अगले कदम से पैर रख के, वो दिता भी धर्म की किरत करनी ते वंड के छड़ना। गुरु नानक देव दियां उदासियां सारियां तुसी विचार लो, एक एक उदासी जिथे एक कदम अगला पटिया उत्थे नाल दी नाल उपदेश है। कोई इकट्ठा कर लवे जे उहनां नूं सामने लिया देवे बड़ी वड्डी गल हो जाए, सानू रस्ता मिल जाए, साखियां पढ़न दी थां ते असी असली विचार च पै जाइए भी आह सी गुरु साहब दा सुधार, ये तां इत्थों चल के फलाने थों गए तां फलाने थों गए, पर इन्ना टाइम होवे किसी को तां वो विचार। तो गुरु नानक पातशाह जदों दरगाह विच गए बेई नदी टुब्बी लाई तीन दिन तो बाद शमशान भूमि च बैठे एक वचन करते ने, ना कोई हिंदू ना मुसलमान, ना कोई हिंदू ना मुसलमान, अल्लाह राम के पिंड पुराण, ना कोई हिंदू ना मुसलमान। सब सुनी जाते भी ये की करी जाता, बस्तर केवल तेड़ एक कपीन है, एक परना सिर शीस दे उत्ते सजाया हुआ और कोई बर्तन नहीं, दिगंबर बैठे ने वस्त्र कोई नहीं पहने हुए, किसी नाल बोलते नहीं, किसी नाल कोई गल नहीं करते। दुनिया आउंदी है देखते कि लंघी जाती है भी नानक निकले आया, निकले आया मोदी, निकले आया बादशाह नवाब का, चुंडा दे चुंडा आते ने देखते ने। कई कहते ने ये दिमाग च पानी पै गया, देखो हैरानी की गल है तीन दिन बाद फिर जिंदा निकलिया, निकलिया भी किधर उपरले पासे। कई कहते ने मछ फड़ के लै गया होना तो इतने छुट गया मछ, कोई कुछ कहता है कोई कुछ कहता है, कोई कहता नहीं ये कोई भूतना लग गया होना, कोई ओपरी हवा लै गई इन, अपने अपने ख्याल, क्योंकि उन्होंने बढ़त्तर अजे संसार ने जानिया नहीं सी। संसार हमेशा महापुरशा उस वेले जानता है जो शरीर छड़ के लोप हो जा, ज्यौदे ज्यौदे कोई नहीं जानते, ज्यौद्या एक सधारण मनुख लग्या करते। जो गुरु महाराज संसार से सी तो सधारण मनुखे नहीं सी लगते, गलत मनुख लगते, कराइए लगते, बेताले लगते। सो इस तरह के नाल जाते ने देखते ने जाते ने देखते ने, सोहरी खबर हो गई उन्हां दे भाई निकले आया नानक पाणी चों। नवाब नूं पता लग्या, नवाब ने कहा भी यह घाटा पा गया तो चुप्पी मार, यह दरिया जाण के डुब्बे। हिसाब किताब किया 700 दे करीब वाधा निकलिया, 700 रुपया उन्हां दिनां दा एक रुपया, घटते घट होंदे 400 जां 500 रुपये जिन्ना मुल रखदा सी, इन्ना रुपया वाधा निकलिया। तो मूलचंद नूं पता लग्या भी हिसाब हो गया, तो बेई नदी दे विचों नानक बाहर आ गया पर हुण घर नहीं जा रहा, पैसा बहुत निकलिया। तो नवाब ने जे पुछया तो उन्हें यह कह दिता भी साधुआं नूं लुटा दो, किसी गल का जवाब नहीं दिंदा, घर नहीं जाता, किसी नाल बोल नहीं रहा, एक ही गल कह दिता जब कोई कोल आउंदा, ना कोई हिंदू ना मुसलमान।